मैं भाई बहुत दुखी हाँ। 8 साल हो गए बच्चे गए, दवाई भी मसा मिलती है जी। बहुत टाइम माड़ा कटदा, कोई चीज नहीं करे ना जमीन है जी। गोडे भी दुखते ने, गोडे भी गए। अजकल बहुत तंगी चल, अपना ही लागी बनो। 8 साल हो गए बच्चे गए, अपनी पोती लागी बनो। बहुत औखा हो गया जी, टाइम कड़ी मसा कर दिया। कोई नहीं, वाहिगुरु नगाऊगा, मालक नगाउण वाला है। मेरी प्लस टू की स्टडी कंप्लीट होगी, मैं अगे भी पढ़ना चाहनी हाँ, बट घर के हालात करके मैं अगे अपनी पढ़ाई शुरू नहीं कर पा रही। जो भी पेंशन होंगी वो दादू की दवाई पर लंघ जाती है। अगे मेरे भी सुपने ने गए, पर घर के हालात देख के मैं घर ही बैठी है। अगे पढ़ाई करने लिए कोई पैसा ही है नहीं। मैं तो जी बहुत दुखी हाँ, मेरा कोई हीला नहीं। आप ही करूंगा वाहेगुरु, की करा जी, ना कोई दवाई मिलती है ना कोई कोई समान समाई है। गरीबी मार दे रही है जी। समस्या गुरदियां जी खराबी है जी। ਪਿਲਸਨ ਮਿਲਦੀ ਹੈ ਜੀ, 1500 ਮੈਨੂੰ ਮਿਲਦਾ, 1500 ਇਹਨੂੰ, 5000 ਦੀ ਫੜ ਧਰ ਕੇ ਦਵਾਈ ਲੈਣੇ ਆ ਜੀ। ਦੂਜੀ ਪਿਲਸਨ ਆਉਂਦੀ ਉਹ ਸੌਦੇ ਦੇ ਕਟਾਵ ਨਹੀਂ ਹੈ ਜਾ ਕੇ। ਉਦੋਂ ਬਾਅਦ ਪੋਤੀ ਪੜ੍ਹਾਈ ਹੈ ਜੀ 1.5 ਸਾਲ ਦੀ, 12 ਕਰਾਤੀਆਂ, ਹੁਣ ਉਹ ਮੂਹਰੇ ਪੜ੍ਹਨ ਨੂੰ ਕਹਿੰਦੀ, ਹੁਣ ਘਰੇ ਬੈਠੀ ਹੈ ਜੀ। ਹੁਣ ਮੈਂ ਕਿਹਦੇ ਸੱਤੇ ਪੜ੍ਹਾਵਾਂ ਜੀ ਇਹਨੂੰ। ਮੁੰਡਾ ਤੁਹਾਡਾ ਕਿੱਥੇ ਚਲਾ ਗਿਆ? ਪਤਾ ਹੀ ਨਹੀਂ ਲੱਗਿਆ ਜੀ, 8 ਸਾਲ ਹੋ ਗਏ ਘਰੋਂ ਗਏ ਇਹਨੂੰ। ਮੈਂ ਕਹਿੰਦੀ ਹਾਂ ਵੀ ਮੇਰੇ ਕਹਿੰਦੀ ਮੇਰੇ ਦੇਖੋ, ਮੈਂ ਤਾਂ ਚੁੱਲ੍ਹੇ ਤੋਂ ਵੀ ਔਖੀ ਬੈਠੀ ਹਾਂ ਜੀ, ਸੌਦੇ ਪੱਤੇ ਤੋਂ ਵੀ ਔਖੀ ਬੈਠੀ ਹਾਂ। ਬਹੁਤ ਔਖਾ ਜੀ, ਐਂ ਕਹਿੰਦੇ ਜੀ ਜੇ ਕੋਈ ਮੈਨੂੰ ਸਹਾਇਤਾ ਦੇਵੇ। ਮੈਂ ਬਹੁਤ ਔਖੀ ਹਾਂ ਜੀ, ਮੇਰੇ ਵਰਗਾ ਔਖਾ ਨਹੀਂ ਕੋਈ। ਜਦੋਂ ਪੁੱਤ ਘਰੋਂ ਵਗ ਜੇ ਜੀ, ਉਹਨੂੰ ਬਹੁਤ ਔਖਾ। ਮੈਂ ਬਹੁਤ ਔਖੀ ਹਾਂ ਜੀ, ਜਿੰਨੇ ਮੈਂ ਔਖੀ ਹਾਂ, ਮੇਰੇ ਜਿੰਨਾ ਕੋਈ ਔਖਾ ਨਹੀਂ। ਜਦ ਜਵਾਕ ਘਰੋਂ ਬਾਗਾ ਕਮਾਉਣ ਵਾਲਾ। ਕੀ ਨਾਮ ਆ ਤੁਹਾਡਾ ਜੀ? ਭਗਵਾਨ ਸਿੰਘ। ਬਾਪੂ ਜੀ, ਕੀ ਗੱਲਬਾਤ ਹੋ ਗਈ ਤੁਹਾਡੇ ਸਿਹਤ ਸੰਬੰਧੀ, ਤੁਹਾਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ? ਬਸ ਜੀ, ਪੁੱਤ ਵਗ ਗਿਆ, ਬਸ ਸਰੀਰ ਤੇ ਲੋੜ ਪੈ ਗਿਆ, ਹੁਣ ਕੋਈ ਹੀਲਾ ਨਹੀਂ ਜੀ। ਗੁਰਦੇ ਖਰਾਬ ਹੋ ਗਏ? ਗੁਰਦੇ ਖਰਾਬ ਹੋ ਗਏ ਜੀ। ਅੱਛਾ ਜੀ, ਹਾਂ ਠੀਕ ਹੈ। ਪੁੱਤ ਕੇ ਕਿੱਥੇ ਚਲਾ ਗਿਆ? ਪੁੱਤ ਬਸ ਚਲਾ ਗਿਆ ਜੀ ਕਿਧਰੇ। ਅੱਛਾ, ਕਿੰਨਾ ਸਮਾਂ ਹੋ ਗਿਆ ਪੁੱਤ ਨੂੰ ਗਏ ਨੂੰ? 8 ਸਾਲ ਹੋ ਗਏ ਜੀ। ਅੱਛਾ, 8 ਸਾਲ ਹੋ ਗਏ, ਠੀਕ ਹੈ। ਕੋਈ ਲੜਕੇ ਗਿਆ ਸੀ, ਕੀ ਗੱਲਬਾਤ ਹੋਈ? ਨਾ ਜੀ, ਲੜਕੇ ਨਹੀਂ ਗਿਆ। ਅੱਛਾ, ਠੀਕ ਹੈ। ਸੋ ਉਸ ਤੋਂ ਬਾਅਦ ਹੀ ਫਿਰ ਤੁਹਾਡੇ ਹਾਲਾਤ ਖਰਾਬ ਹੋ ਗਏ ਬਾਪੂ? ਹਾਂ ਜੀ, ਉਸ ਤੋਂ ਬਾਅਦ ਹੋ ਗਏ। ਕਮਾਈ ਦਾ ਸਾਧਨ ਫਿਰ ਕੋਈ? ਕੋਈ ਕਮਾਈ ਨਹੀਂ ਹੈ। ਅੱਛਾ ਜੀ, ਫਿਰ ਦਵਾਈ ਬੂਟੀ ਕਿਵੇਂ ਫਿਰ? ਬਸ ਜੀ, ਪਿਲਸਣ ਲੱਗੀ ਹੋਈ ਆ, ਉਹਦੀ ਲਿਆਉਂਦੇ ਹਾਂ। ਉਹ ਤਾਂ ਫਿਰ ਗੁਜ਼ਾਰਾ ਹੋ ਜਾਂਦਾ ਬਾਪੂ ਜੀ? ਗੁਜ਼ਾਰਾ ਵਾ ਕਿਹੜਾ ਹੈ, ਬਸ ਬਸ ਕੋਈ ਗੁਜ਼ਾਰਾ ਨਹੀਂ ਹੈ। ਠੀਕ ਹੈ। ਇੱਕ ਜਿਹੜੀ ਉਹਦੇ ਤੁਹਾਡੇ ਮੁੰਡੇ ਦੀ ਗੁੜੀਆ ਵੀ ਤੁਹਾਡੇ ਲਵੇ ਰਹਿੰਦੀ ਹੈ ਫਿਰ? ਹਾਂ ਜੀ, ਉਹਨੂੰ ਪਾਲਦੇ ਹਾਂ ਅਸੀਂ, 1.5 ਸਾਲ ਦੀ। ਅੱਛਾ, ਉਹ ਫਿਰ ਪੜ੍ਹਾਈ ਉਹਦੀ ਕਿਵੇਂ ਫਿਰ ਚੱਲਦੀ ਹੈ? ਪੜ੍ਹਾਈ ਜੀ ਉਹ ਕਰ ਲਈ। ਅੱਛਾ, ਹੁਣ ਅੱਗੇ ਹੁਣ ਇਹਦੇ ਹੁਣ ਅੱਗੇ ਜੀ ਕਿੱਥੋਂ ਕਰਾਈਏ, ਹੁਣ ਹੈ ਨਹੀਂ ਪੈਸਾ। ਅੱਛਾ ਜੀ, ਬੈਠੀ ਆ ਘਰੇ। ਠੀਕ ਹੈ, ਕੀ ਮੰਗ ਕਰਦੇ ਬਾਪੂ ਜੀ? ਬਸ ਜੀ, ਕੋਈ ਕਿਰਪਾ ਕਰੋ, ਮੇਰੇ ਕਿੰਨੀ ਦੇਖੋ, ਕੋਈ ਹੀਲਾ ਬਣ ਜੇ। ਕੀ ਨਾਮ ਤੇਰਾ? ਬਲਦੇਵ ਕੌਰ ਹੈ ਵੀਰੇ। ਕੀ ਗੱਲਬਾਤ ਹੋ ਗਈ ਜਿਹੜਾ ਤੁਹਾਡੇ ਜਿਹੜੇ ਘਰ ਵਾਲੇ ਨੇ? ਜੀ ਦਿਮਾਗੀ ਲੋੜ ਪੈ ਰਿਹਾ ਜੀ ਥੋੜਾ ਜਿਹਾ ਇਹਦੇ। ਅੱਛਾ ਜੀ, ਪੁੱਤ ਘਰੋਂ ਵਗ ਗਿਆ ਤੇ ਜੀ, ਗਰੀਬੀ ਮਾਰਦੇ ਰਹੀ ਹੈ ਜੀ। ਸਿਹਤ ਚ ਕੀ ਸਮੱਸਿਆ ਆ ਰਹੀਆਂ ਨੇ ਇਹਨਾਂ ਨੂੰ? ਇਹਨਾਂ ਦੀ ਗੁਰਦਿਆਂ ਚ ਖਰਾਬੀ ਹੈ ਜੀ। ਅੱਛਾ ਜੀ, ਹਾਂਜੀ। ਪੋਤੀ ਪੜ੍ਹਾਈ ਹੈ ਜੀ 1.5 ਸਾਲ ਦੀ, 12 ਕਰਾਤੀਆਂ, ਹੁਣ ਉਹ ਮੂਹਰੇ ਪੜ੍ਹਨ ਨੂੰ ਕਹਿੰਦੀ, ਹੁਣ ਘਰੇ ਬੈਠੀ ਹੈ ਜੀ। ਹੁਣ ਮੈਂ ਕਿਹਦੇ ਸੱਤੇ ਪੜ੍ਹਾਵਾਂ ਜੀ ਇਹਨੂੰ।
ਮੁੰਡੇ ਮੁੰਡਾ ਤੁਹਾਡਾ ਕਿੱਥੇ ਚਲਾ ਗਿਆ? ਪਤਾ ਹੀ ਨਹੀਂ ਲੱਗਿਆ ਜੀ, 8 ਸਾਲ ਹੋ ਗਏ ਘਰੋਂ ਗਏ ਨੂੰ। ਹਾਂ ਮੈਂ ਹੀ ਕਹਿੰਦੀ ਹਾਂ ਵੀ ਮੇਰੇ ਕਹਿੰਦੀ ਮੇਰੇ ਦੇਖੋ ਮੈਂ ਤਾਂ ਚੁੱਲ੍ਹੇ ਤੋਂ ਵੀ ਔਖੀ ਬੈਠੀ ਹਾਂ ਜੀ, ਸਭ ਦੇ ਪੱਤੇ ਤੋਂ ਵੀ ਔਖੀ ਬੈਠੀ ਹਾਂ, ਆਂਢ ਗੁਆਂਢ 'ਚ ਪਾਣੀ ਤੋਂ ਵੀ ਬੈਠੀ ਹਾਂ ਜੀ ਮੈਂ ਤਾਂ ਅੱਜ। ਵੀ ਮੇਰੀ ਕੋਈ ਰਿਸ਼ਤੇਦਾਰ ਹੋਰ ਕੋਈ ਬਾਹ ਨਹੀਂ ਫੜ ਰਿਹਾ ਤੁਹਾਡੀ? ਨਾ ਜੀ ਕੋਈ ਨਹੀਂ ਫੜਦਾ ਜੀ। ਅੱਛਾ ਰਿਸ਼ਤੇਦਾਰ ਤਾਂ ਕਹਿੰਦੇ ਨੇ ਅਸੀਂ ਆਪਦਾ ਚੁੱਲ੍ਹਾ ਤੋਰੀਏ ਤਾਂ ਤੇਰਾ ਤੋਰੀਏ, ਕੌਣ ਦਿੰਦਾ ਜੀ ਕਿਸੇ ਨੂੰ ਪਾਣੀ ਦੀ ਘੁੱਟ ਨਹੀਂ ਦਿੰਦਾ ਜੀ ਕੋਈ। ਬਹੁਤ ਔਖਾ ਜੀ, ਅਸੀਂ ਕਹਿੰਦੇ ਜੀ ਜੇ ਕੋਈ ਮੈਨੂੰ ਸਹਾਇਤਾ ਦੇਵੇ। ਮੈਂ ਬਹੁਤ ਔਖੀ ਆ ਜੀ, ਮੇਰੇ ਵਰਗਾ ਔਖਾ ਨਹੀਂ ਕੋਈ। ਜਦੋਂ ਪੁੱਤ ਘਰੋਂ ਭੱਗ ਜੇ ਜੀ ਉਹਨੂੰ ਬਹੁਤ ਔਖਾ, ਮੈਂ ਬਹੁਤ ਔਖੀ ਆ ਜੀ, ਜਿੰਨੇ ਮੈਂ ਔਖੀ ਆ ਮੇਰੇ ਜਿੰਨਾ ਕੋਈ ਔਖਾ ਨਹੀਂ। ਜਦ ਜਵਾਕ ਘਰੋਂ ਭੱਗ ਗਿਆ ਕਮਾਉਣ ਵਾਲਾ, ਅਸੀਂ ਕਹਿੰਦੇ ਮਾਲਕ ਆਪੀ ਬਾਂਹ ਫੜੂਗਾ ਕਿਤੋਂ ਤਾਂ ਕੋਈ। ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ। ਅੱਛਾ ਜੀ, ਤੁਸੀਂ ਇਹਨਾਂ ਦੇ ਕੀ ਗਵਾਂਢੀ ਹੋ ਜੀ? ਕੌਣ? ਹਾਂਜੀ ਇਹਨਾਂ ਦੇ ਗਵਾਂਢ 'ਚ ਹੋਈ ਹਾਂ ਜੀ ਮੈਂ। ਕਿਵੇਂ ਹਾਲਾਤ ਇਹਨਾਂ ਦੇ ਕਰਦੇ ਤੁਸੀਂ ਤਾਂ ਦੇਖੇ ਹੋਣੇ ਬਰੀਕੀ? ਹਾਲਾਤ ਇਹਨਾਂ ਦੇ ਬਹੁਤ ਜ਼ਿਆਦਾ ਖਰਾਬ ਨੇ ਜੀ। ਬਸ ਇੱਕ ਇਹ ਬਾਪੂ ਜੀ ਨੇ ਜ਼ਿਆਦਾ ਬਿਮਾਰ ਰਹਿੰਦੇ ਨੇ, ਇਹਨਾਂ ਦੀ ਕੋਈ ਹੀਲਾ ਨਹੀਂ ਹੈਗਾ ਜੀ ਬਸ। ਹੁਣ ਇਹ ਮਾਤਾ ਜੀ ਨੇ ਵੀ ਬਿਮਾਰ ਰਹਿੰਦੇ ਨੇ ਜੀ, ਹੁਣ ਬੇਟੀ ਆ ਉਹ ਸਿਰ ਤੋਂ ਉੱਚੀ ਹੈ ਜੀ, ਉਹਦਾ ਇਹ ਕੀ ਕਰਨ। ਹੁਣ ਇਹ ਹੋਇਆ ਪਿਆ ਜੀ, ਕੋਈ ਇਹਨਾਂ ਦੀ ਮਦਦ ਕਰੋ ਜੀ। ਵੈਸੇ ਬਾਪੂ ਜੀ ਨੂੰ ਵੀ ਦਵਾਈ ਬੂਟੀ ਦਾ ਬਹੁਤ ਔਖਾ ਹੋਇਆ ਪਿਆ ਜੀ, ਮਾਤਾ ਜੀ ਨੇ ਇਹਨਾਂ ਦੇ ਵੀ ਗੋਡੇ ਦੁਖਦੇ ਨੇ ਜੀ। ਚਲੋ ਮਾੜਾ ਮੋਟਾ ਮੈਂ ਕਦੇ ਆ ਜਾਂਦੀ, ਇਹਨਾਂ ਦੀ ਹੈਲਪ ਕਰ ਜਾਂਦੀ ਜਿੰਨੀ ਕੁ ਮੇਰੇ ਤੋਂ ਹੁੰਦੀ ਹੈ ਜੀ, ਅਤੇ ਬਾਕੀ ਕੰਮ ਧੰਦੇ ਦੀ ਵੀ ਜੇ ਕੋਈ ਇਹਨਾਂ ਨੂੰ ਲੋੜ ਹੁੰਦੀ ਹੈ ਤਾਂ ਉਹਨਾਂ ਦਾ ਨਾ ਕਰਵਾ ਕੇ ਜਾਂਦੀ ਹਾਂ ਜੀ ਮੈਂ। ਹਾਂਜੀ ਇਹੀ ਹੈ ਬਸ, ਮੇਰੀ ਇਹੀ ਰਿਕੁਐਸਟ ਹੈ ਜੀ ਦੇਖਣ ਵਾਲਿਆਂ ਨੂੰ ਵੀ ਇਹਨਾਂ ਦੀ ਕੋਈ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜਿੰਨੀ ਵੀ ਹੋ ਸਕਦੇ। ਬਸ ਮੈਂ ਬਸ 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 ਕੋਈ ਗੱਲ ਨਹੀਂ, ਸੁਣਨਗੇ ਸਾਰੇ ਭੈਣ ਭਰਾ, ਜਿੰਨੇ ਵੀ ਭੈਣ ਭਰਾ ਤੁਸੀਂ ਦੇਖਦੇ ਹੋ, ਜਿੰਨੇ ਭੈਣ ਭਰਾ ਤੁਸੀਂ ਦੇਖਦੇ ਹੋ ਸਾਰੇ, ਇਹਨਾਂ ਦੀ ਹੈਲਪ ਕਰੋ ਜੀ ਬਸ 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 ਚੁੱਪ ਕਰੋ ਚੁੱਪ ਕਰੋ। ਵੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਵੀ ਜਿੰਨੇ ਵੀ ਭੈਣ ਭਰਾ ਹੁਣ ਸਰੋਤੇ ਦੇਖ ਕੇ ਜੁੜਨਗੇ ਸਾਰੇ, ਇਹਨਾਂ ਦੀ ਹੈਲਪ ਕਰੋ ਜੀ, ਵੱਧ ਤੋਂ ਵੱਧ ਹੈਲਪ ਕਰੋ ਜੀ।